ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਆਪਣੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਇੱਥੇ ਡਰਾਈ ਰਨ ਕੀਤਾ ਗਿਆ ਹੈ ਜੀ। 25 ਫਰੰਟ ਲਾਈਨ ਵਰਕਰਸ ਨੂੰ ਡਰਾਈ ਰਨ ਕਰਾਇਆ ਗਿਆ, ਉਹਨਾਂ ਨੂੰ ਟ੍ਰੇਨਡ ਕੀਤਾ ਗਿਆ ਵੀ ਕਿਵੇਂ ਟੀਕਾ ਲਗਾਉਣਾ ਹੈ। ਹਾਂਜੀ, ਇਸ ਵਿੱਚ ਸਾਰੇ ਹਦਾਇਤਾਂ ਜੋ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਰੱਖਦੇ ਹੋਏ, ਜਿਵੇਂ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ, ਮਾਸਕ, ਸਾਰਾ ਕੁਝ ਲਗਾਇਆ ਗਿਆ ਹੈ, ਉਹਦੇ ਅਨੁਸਾਰ ਹੀ ਸਾਰਾ ਕੁਝ ਇੱਥੇ ਕੀਤਾ ਗਿਆ। ਹਾਂਜੀ ਹਾਂਜੀ, ਪੂਰੀ ਤਿਆਰੀ ਹੈ ਜੀ, ਜਦੋਂ ਵੀ ਮਨਜ਼ੂਰੀ ਮਿਲੂਗੀ ਲਗਾਉਣ ਦੀ ਤਾਂ ਇੱਥੇ ਪੂਰੀ ਤਿਆਰੀ ਹੈ। ਪੰਜਾਬ ਸਰਕਾਰ ਦੇ ਤਹਿਤ ਅੱਜ ਇੱਕ ਡਰਾਈ ਰਨ ਦੀ ਜਿਹੜੀ ਉਹ ਹੈ ਮੁਹਿੰਮ ਸਟਾਰਟ ਕੀਤੀ ਗਈ ਹੈ। ਅੱਜ 25 ਬੈਨੀਫਿਸ਼ਰੀ ਜਿਹੜੇ ਸਾਡੇ ਫਰੰਟਲਾਈਨ ਆਸ਼ਾ ਵਰਕਰ ਸੀਗੇ ਉਹਨਾਂ ਨੂੰ ਡਰਾਈ ਰਨ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਹੜੀ ਕਿ ਇਹ ਪੰਜਾਬ ਸਰਕਾਰ ਦੇ ਅਤੇ ਸੈਂਟਰਲ ਗੌਰਮੈਂਟ ਦੇ ਅਧੀਨ ਹੈਗੀ ਹੈ। ਅਤੇ ਜਦੋਂ ਤੱਕ ਵੈਕਸੀਨ ਆਊਗੀ ਅਸੀਂ ਉਸ ਲਈ ਪੂਰਾ ਤਿਆਰ ਹਾਂ। ਡਰਾਈ ਰਨ ਦੇ ਵੇਲੇ ਬਿਲਕੁਲ ਪਹਿਲਾਂ ਤਾਂ ਫਰੰਟ 'ਤੇ ਵੈਕਸੀਨੇਸ਼ਨ ਆਫਿਸਰ ਬਣ ਖੜ੍ਹੇ ਸੀ, ਜਿੱਥੇ ਕਿ ਸਾਰੇ ਬੰਦਿਆਂ ਨੂੰ ਮਾਸਕ ਅਤੇ ਸੈਨੀਟਾਈਜੇਸ਼ਨ ਪ੍ਰੋਪਰ ਹੋ ਰਹੀ ਸੀ ਅਤੇ ਬਾਕੀ ਸੋਸ਼ਲ ਡਿਸਟੈਂਸਿੰਗ ਦਾ ਸਾਰਾ ਧਿਆਨ ਰੱਖਿਆ ਜਾ ਰਿਹਾ। ਪਰ ਆਧਾਰ ਕਾਰਡ ਨਾਲ ਅਤੇ ਕੰਪਿਊਟਰਾਈਜ਼ ਨਾਲ ਸਾਰਾ ਕੁਝ ਚੈੱਕ ਹੋਊਗਾ, ਜਿਹਦੇ ਵਿੱਚ ਕਿ ਕੋਵਿਨ ਐਪ ਹੈਗੀ ਹੈ ਜਿਹਦੇ ਨਾਲ ਸਾਰੀ ਚੈਕਿੰਗ ਹੋਊਗੀ। 30 ਮਿੰਟਸ ਦੀ ਜਿਹੜੀ ਹੈਗੀ ਹੈ ਓਬਜ਼ਰਵੇਸ਼ਨ ਦੇ ਵਿੱਚ ਰੱਖਿਆ ਜਾਊਗਾ ਪੇਸ਼ੈਂਟ ਨੂੰ, ਅਤੇ ਜੇ ਇਨ ਕੇਸ ਉਹਦੇ ਵਿੱਚ ਕੋਈ ਵੀ ਪੇਸ਼ੈਂਟ ਨੂੰ ਦਿੱਕਤ ਲੱਗਦੀ ਹੈ ਤਾਂ ਉਹ ਮੈਡੀਕਲ ਆਫਿਸਰਸ ਉਹਨਾਂ ਨੂੰ ਹੈਂਡਲ ਕਰਨਗੇ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।